ਉਸ ਨਵਾਜ਼ੂਦ ਨਾ ਛੱਡਦਾ ਚੰਦਰਾ, ਇਹ ਮੇਟ ਦਿੰਦਾ ਪਰ ਛਾਂ, ਇਹ ਮੇਟ ਦਿੰਦਾ ਪਰ ਛਾਂ, ਦੁੱਖ ਕਰਮਾਂ ਦੇ ਚੋਲੀ ਵਿੱਚ ਪਾ ਬੰਟੀਆ, ਕਿਆ ਮਾਹੌਲ ਬਣਾ ਦਿੱਤਾ ਯਾਰ। ਸਾਹਿਲ, ਮੈਂ ਯਾਰ ਇੱਕ ਗੱਲ, ਅੱਜ ਜਿੰਨੇ ਵੀ ਸਾਡੇ ਦਰਸ਼ਕ ਨੇ, ਮੈਂ ਸਾਰਿਆਂ ਅੱਗੇ ਇਹੀ ਬੇਨਤੀ ਕਰੂੰਗਾ, ਇਹਨਾਂ ਬੱਚਿਆਂ ਲਈ, ਸਾਰਿਆਂ ਲਈ ਮੈਂ ਚਾਹੁੰਦਾ ਕਿ ਜਿੱਦਾਂ ਆਨੰਦ ਦੀ
ਤੁਸੀਂ ਲੋਕਾਂ ਨੇ ਸੁਣੀਆਂ ਉਹਨੂੰ ਸਟਾਰ ਬਣਾਇਆ, ਤੁਸੀਂ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ। ਮੈਂ ਚਾਹੁੰਦਾ ਇਹਨਾਂ ਸਾਰੇ ਬੱਚਿਆਂ ਨੂੰ ਤੁਸੀਂ ਲੋਕ ਇੰਨਾ ਪਿਆਰ ਦਿਓ ਕਿ ਇਹ ਵੀ ਆਨੰਦ ਪਾਣ। ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਸੋਹਣਾ ਗਾਇਆ ਬੰਟੀ ਆ, ਬਹੁਤ ਸੋਹਣਾ, ਬਹੁਤ ਅੱਛਾ। ਆਡੀਸ਼ਨਸ ਤੋਂ ਲੈ ਕੇ ਹੁਣ ਤੱਕ ਅਸੀਂ ਕਈ ਵਾਰੀ ਇਹ ਗਾਣਾ ਸੁਣਿਆ, ਲੇਕਿਨ ਇੱਦਾਂ ਤਾਂ ਕਿਸੇ ਨੇ ਵੀ ਨਹੀਂ ਗਾਇਆ। ਕੀ ਬਾਤ ਹੈ, ਕਮਾਲ ਗਾ। ਆਨੰਦ ਤੋਂ ਬਾਅਦ ਜੇ ਮੈਨੂੰ ਸਵਾਦ ਆਇਆ ਤਾਂ ਇਹਦੇ ਗਾਣੇ ਦਾ ਆਇਆ। ਚਲੋ ਅੱਜ ਫਿਰ ਵਧਾਈ ਬਣਦੀ ਹੈ ਬੰਟੀ, ਵਧਾਈਆਂ ਤੈਨੂੰ। ਤੁਹਾਨੂੰ ਵੀ ਵੀਰ ਸਿੰਘ ਜੀ। ਪਤਾ ਨਹੀਂ ਇਹਦੇ ਅੰਦਰ ਨਾ ਕਮਾਲ ਦਾ ਕੋਈ ਇੱਕ ਟਿਊਨਰ ਆ, ਇਹ ਆਪਣੇ ਮੂਡ ਨੂੰ ਬੜੀ ਛੇਤੀ ਟਿਊਨ ਕਰ ਲੈਂਦਾ ਉਸ ਗੀਤ ਦੇ ਅਕੋਰਡਿੰਗ ਜੋ ਉਹਨੇ ਪਰਫੋਰਮ ਕਰਨਾ ਹੁੰਦਾ। ਔਰ ਇਹ ਵੱਡੀ ਗੱਲ ਇਹ ਕਿ ਇਹ ਲਕੀਰ ਦਾ ਫਕੀਰ ਨਹੀਂ ਜੀ, ਇਹ ਆਪਣਾ ਟਰੈਕ ਆਪਣਾ ਰਾਹ ਆਪ ਬਣਾਉਂਦਾ। ਸੁਰਜੀਤ ਪਾਤਰ ਸਾਹਿਬ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਕਿ ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਇਹ ਬੱਚਾ ਉਹੀ। ਚਲੋ ਜੀ, ਹੁਣ ਆਪਾਂ ਸੈਲੀਬ੍ਰਿਟੀ ਗੈਸਟ ਹਰਾਇਨਾ ਜੀ, ਤੁਸੀਂ ਦੱਸੋ ਜੀ ਕਿਹੋ ਜਿਹੀ ਪਰਫਾਰਮੈਂਸ। ਮੈਂ ਇੱਕੋ ਹੀ ਗੱਲ ਕਹਾਂਗਾ, ਰੱਬ ਮਿਹਰ ਕਰੇ, ਕਿਉਂਕਿ ਗੱਲਾਂ ਜਿਹੜਾ ਹੈ ਵਿਸ਼ੁੱਧੀ ਚੱਕਰ, 7 ਚੱਕਰਾਸ ਦੇ ਵਿਚਕਾਰ ਕਿਹੜੇ ਕਿਹੜੇ ਨੋਟਸ 'ਤੇ ਕਿਹੜੇ ਕਿਹੜੇ ਸੁਰ ਬੈਠੇ ਨੇ ਜੀ। ਵਿਸ਼ੁੱਧੀ ਚੱਕਰਾਸ ਹੈਗੀ ਹੈ ਕੰਠ 'ਚ ਜਿੱਥੇ ਸਰਸਵਤੀ ਬੈਠਦੀ ਹੈ, ਔਰ ਇਹਦਾ ਕੰਠ ਇੰਨਾ ਸੁਰੀਲਾ ਹੈ ਇਸ ਉਮਰ 'ਚ, ਅੱਗੇ ਚੱਲ ਕੇ 2 ਲਾਈਨ 'ਚ ਗਈ, ਇਸੇ ਕਰਕੇ ਮੈਂ ਕਿਹਾ ਰੱਬ ਮਿਹਰ ਕਰੇ। ਗੋਡ ਬਲੈਸ। ਵਾਹ ਜੀ ਵਾਹ, ਵਾਹ ਜੀ ਵਾਹ, ਥੈਂਕ ਯੂ ਜੀ। ਹਰਜੀਤ ਹਰਮਨ ਜੀ, ਬੰਟੀ ਬਾਰੇ ਮੈਂ ਭਾਅ ਜੀ ਉੱਥੇ ਬੈਠੇ ਸੁਣ ਰਿਹਾ ਸੀ ਅਤੇ ਉੱਥੇ ਨੱਚੀ ਜਾ ਰਿਹਾ ਸੀ ਬੈਠਾ, ਅਤੇ ਜਦੋਂ ਸੁਣਿਆ ਤਾਂ ਉਦੋਂ ਵੀ ਜ਼ਿਆਦਾ ਉੱਪਰ ਨਿਕਲਿਆ। ਸੋ ਬੰਟੀ, ਛੋਟੀ ਉਮਰ ਹੈ, ਤੂੰ ਪਤਾ ਨਹੀਂ ਕੀ ਕੀ ਕਰਨਾ ਵੱਡਾ ਹੋ ਕੇ, ਅਤੇ ਮੇਰੀਆਂ ਬੈਸਟ ਵਿਸ਼ ਸ਼ੁਭ ਇੱਛਾਵਾਂ ਤੇਰੇ ਨਾਲ ਨੇ, ਪਰਮਾਤਮਾ ਤੈਨੂੰ ਬੁਲੰਦੀਆਂ ਬਖਸ਼ੇ। ਵਧਾਈਆਂ ਹੁਣ ਤੁਹਾਨੂੰ ਜੀ। ਤੁਹਾਨੂੰ ਵਧਾਈਆਂ।